ਅਸੀਂ ਉਰਦੂ ਤੋਂ ਨਫ਼ਰਤ ਨਹੀਂ ਕਰਦੇ, ਸਾਡੀ ਸਟੇਟ ਦੀ ਜ਼ੁਬਾਨ ਹੈ, ਸਾਡਾ ਰਾਬਤਾ ਕਰਾਉਂਦੀ ਦੂਜੇ ਲੋਕਾਂ ਨਾਲ, ਠੀਕ ਹੈ, ਲੇਕਿਨ ਉਹਦੇ ਨਾਲ ਨਾਲ ਅਸੀਂ ਆਪਣਾ ਹੱਕ ਮੰਗਦੇ ਹਾਂ। ਇੱਕ ਇਹਨਾਂ ਨੇ ਯੂਨਿਟੀ ਬਣਾਉਣ ਦੀ ਖਾਤਰ ਨਾਲ ਲੋਕਾਂ ਨੂੰ ਤੋੜ ਲਿਆ, ਠੀਕ ਹੈ ਨਾ, ਯੂਨਿਟੀ ਬਣਾਉਣੀ ਵੀ ਇੱਕ ਜ਼ਬਾਨ ਇੱਕ ਮੁਲਕ ਸਾਰਾ ਕੁਝ, ਠੀਕ ਹੈ ਜੀ। ਹੁਣ ਇੰਡੀਆ ਦੇ ਵਿੱਚ ਵੱਖੋ ਵੱਖ ਜ਼ਬਾਨਾਂ ਨੇ, ਜਿੰਨੀ ਕੁਰਬਾਨੀ ਪੰਜਾਬ ਨੇ ਦਿੱਤੀ ਨਾ ਜੀ, ਕੁਰਬਾਨੀਆਂ ਚਲੋ ਉੱਧਰ ਚੜ੍ਹਦੇ ਨੇ ਵੀ ਦਿੱਤੀਆਂ ਨੇ, ਲੇਕਿਨ ਜਿਹੜੀ ਦਿੱਤੀ ਨਾ ਆਪਣੇ ਲਹਿੰਦੇ ਪੰਜਾਬ ਨੇ ਜ਼ਬਾਨ ਦੀ, ਉਹ ਮੇਰਾ ਖਿਆਲ ਹੈ ਵੀ ਕਿਤੇ ਕਿਸੇ ਪਾਸੇ ਵੀ ਨਹੀਂ ਹੋਈ ਹੋਣੀ। ਮਾਦਰੀ ਜ਼ਬਾਨ, ਹਰ ਬੰਦਾ ਹਰ ਕੌਮ ਆਪਣੀ ਜ਼ਬਾਨ ਨੂੰ ਆਪਣੇ ਕਲਚਰ ਨੂੰ ਆਪਣੇ ਪਿਛੋਕੜ ਨੂੰ ਤਰਜੀਹ ਦਿੰਦਾ, ਸਾਡੇ ਲੋਕ ਨਹੀਂ ਦਿੰਦੇ। ਐਡਾ ਤਕੜਾ ਮਾਇੰਡ ਵਾਸ਼ ਹੋਇਆ ਜੀ 175 ਸਾਲ ਦਾ, ਅਸੀਂ 75 ਸਾਲ ਦੀ ਗੱਲ ਕਰਨੇ, ਪਾਕਿਸਤਾਨ ਇੰਡੀਆ ਜਦੋਂ ਵੱਖੋ ਵੱਖ ਹੋਇਆ, ਪੰਜਾਬ ਵੰਡਿਆ, ਵੰਡਿਆ ਤਾਂ ਪੰਜਾਬ ਹੀ ਗਿਆ ਜੀ, ਪੰਜਾਬ ਵੰਡਿਆ ਤਾਂ ਉਦੋਂ ਬਾਅਦ ਆਉਂਦੇ ਜੀ। ਅੱਛਾ ਜਰਾ, ਹਾਂਜੀ, ਉਹ ਪਿਛਲੇ ਦਿਨਾਂ 'ਚ ਨਾ ਹੋਣ ਰਹੀ ਸੀ ਗੱਲ ਜ਼ੁਬਾਨ ਦੀ ਨਾ, ਪੰਜਾਬੀ ਜ਼ੁਬਾਨ ਦੀ, ਹਾਂਜੀ, ਤੇ ਉਹ ਇੱਕ ਮੈਂ ਵੀਡੀਓ ਤਰ੍ਹਾਂ ਚੱਲਣ ਡਿਆ ਸੀ, ਤੇ ਉਹਦੇ ਤੇ ਵਾਹਵਾ ਗੱਲਬਾਤ, ਸੋਹਣੀ ਗੱਲਬਾਤ ਸ਼ੇਅਰ ਹੋਈ ਸੀ, ਹਾਂਜੀ, ਵੀ ਸਾਨੂੰ ਸ਼ਰਮ ਕਿਉਂ ਮਹਿਸੂਸ ਆਉਂਦੀ ਹੈ, ਵੀ ਸਾਨੂੰ ਉਹ ਮਜ਼ਹਬ ਦਾ ਨਾਂ ਦੇ ਦਿੱਤਾ ਜਾਂਦਾ ਵਾ ਜਦੋਂ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰਦੇ ਹਾਂ, ਤੇ ਵੀ ਬਾਰਡਰ ਪਾਰ ਦੀ ਜ਼ਬਾਨ ਹੈ, ਬਾਰਡਰ ਪਾਰ, ਹਾਲਾਂਕਿ ਇਸ ਜਿਸ ਧਰਤੀ ਤੇ ਜਿਸ ਖਿੱਤੇ ਤੇ ਬੈਠੇ ਹਾਂ, ਇਹ ਜ਼ਬਾਨ ਦਾ ਸਾਡੀ, ਜੇ ਆਪਾਂ ਮਲਕੀਅਤ ਕਹੀਏ ਤੇ ਇਹ ਖਿੱਤਾ ਵਾ ਜਿੱਥੇ ਆਪਾਂ ਬੈਠੇ ਹਾਂ, ਹਾਂਜੀ ਬਿਲਕੁਲ। ਤੇ ਉਹਦੇ ਤੇ ਥੋੜੀ ਜਿਹੀ ਜ਼ਰੂਰ ਉਹੀ ਜਿਹੜੀ ਤੁਹਾਡੀ ਵੀਡੀਓ ਵੇਖੀ ਸੀ, ਕਿਸ ਤਰ੍ਹਾਂ ਸੀ ਗੱਲ? ਗੱਲ ਇਹ ਨਾ ਜੀ, ਦੇਖੋ ਜਿਹੜੇ ਆਪਾਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਨਾ ਜੀ, ਤੇ ਬਾਬੇ ਫਰੀਦ ਤੋਂ ਲੈ ਕੇ ਖਵਾਜੇ ਫਰੀਦ ਤੱਕ, ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਵੀ ਆਉਂਦੇ ਨੇ, ਵਿੱਚ ਹੋਰ ਬੁੱਲੇ ਸ਼ਾਹ ਵੀ, ਸਾਰੇ ਬਾਬੇ ਲਹਿੰਦੇ ਵੱਲ ਹੋਏ ਨੇ, ਠੀਕ ਹੈ, ਲੇਕਿਨ ਸਾਡੇ ਜੀ ਕੀ ਕਰਦੇ ਨੇ, ਖੂਹ ਦੀ ਇੱਟ ਪੱਟ ਕੇ ਚਬਾੜਨ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਕਿ ਹਰ ਸ਼ਹਿਰ ਨੂੰ ਧਰਮ ਦੀ ਐਨਕ ਨਾਲ ਵਹਿੰਦੇ ਨੇ, ਕੋਈ ਵੀ ਸ਼ਾਹ ਹੋਵੇ, ਮਤਲਬ ਕਿ ਜ਼ਬਾਨ ਦੀ ਗੱਲ ਕਰ ਲਓ, ਕਲਚਰ ਦੀ ਗੱਲ ਕਰ ਲਓ, ਇੱਕ ਮਾਇੰਡ ਵਾਸ਼ ਕੀਤਾ ਹੋਇਆ ਲੋਕਾਂ ਦਾ, ਠੀਕ ਹੈ ਨਾ, ਕਿ ਲੋਕ ਆਪਣੀ ਅਸਲੀਅਤ ਵੱਲ ਨਾ ਜਾਣ, ਠੀਕ, ਇੱਕ ਇਹਨਾਂ ਨੇ ਯੂਨਿਟੀ ਬਣਾਉਣ ਦੀ ਖਾਤਰ ਨਾਲ ਲੋਕਾਂ ਨੂੰ ਤੋੜ ਲਿਆ, ਠੀਕ ਹੈ ਨਾ, ਯੂਨਿਟੀ ਬਣਾਉਣੀ ਵੀ ਇੱਕ ਜ਼ਬਾਨ ਇੱਕ ਮੁਲਕ ਸਾਰਾ ਕੁਝ, ਠੀਕ ਹੈ ਜੀ, ਹੁਣ ਇੰਡੀਆ ਦੇ ਵਿੱਚ ਵੱਖੋ ਵੱਖ ਜ਼ਬਾਨਾਂ ਨੇ, ਸਾਰਾ ਕੁਝ ਹੈ, ਲੇਕਿਨ ਲੋਕ ਫਿਰ ਵੀ ਇਕੱਠੇ ਰਹਿ ਰਹੇ ਨੇ, ਇਸੇ ਤਰ੍ਹਾਂ ਹੋਰ ਕੰਟਰੀਆਂ ਦੇ ਵਿੱਚ ਵੀ ਹੈ, ਠੀਕ, ਲੇਕਿਨ ਸਾਡੇ ਲੋਕਾਂ ਨੇ ਜਿਹੜੀਆਂ ਇੱਥੋਂ ਦੀਆਂ ਇਹਨਾਂ ਦੀਆਂ ਮਾਦਰੀ ਜ਼ਬਾਨਾਂ ਸੀ, ਉਹਨਾਂ ਨੂੰ ਦਬਾਉਣ ਕਰਕੇ ਉਰਦੂ ਲਾਗੂ ਕੀਤੀ, ਠੀਕ ਹੈ, ਵੀ ਤੁਹਾਡੀ ਜ਼ਬਾਨ ਇਹੀ ਹੈ, ਅਤੇ ਜਿਹੜਾ ਬੰਦਾ ਵੀ ਕੋਈ ਹੋਰ ਜ਼ਬਾਨ ਬੋਲੇਗਾ ਜਾਂ ਹੋਰ ਕਲਚਰ ਵੱਲ ਜਾਏਗਾ, ਆਪਣੇ ਆਪਣੇ ਵੱਲ ਜਾਏਗਾ, ਵਿਰਸੇ ਵੱਲ, ਉਹ ਬੰਦਾ ਯਾਦ ਆ, ਉਹ ਗੱਲ ਹੈ ਨਾ, ਉਹ ਵੀਡੀਓ 'ਚ ਗੱਲ ਹੋਣੀ ਸੀ ਵੀ ਸਿੰਧੀ ਤੇ ਸਿੰਧੀ ਬੋਲਦੇ ਆ, ਬਲੋਚੀ ਬਲੋਚੀ ਬੋਲਦੇ, ਫਿਰ ਉਹ ਮੁਸਲਮਾਨ ਨਾ ਹੋਏ, ਉਹ ਮੁਸਲਮਾਨ ਨਾ ਹੋਏ। ਹੁਣ ਇਸੇ ਤਰ੍ਹਾਂ ਵੇਖੋ ਨਾ ਵੀ ਯਹੂਦੀ ਜਿਹੜੇ ਨੇ ਉਹ ਵੀ ਅਰਬੀ ਬੋਲਦੇ ਨੇ, ਠੀਕ ਹੈ ਨਾ, ਜ਼ਬਾਨ ਜ਼ਬਾਨ ਦੀ ਗੱਲ ਆਉਂਦੀ ਜੀ, ਜ਼ਬਾਨ ਪੰਜਾਬੀ ਜਿਹੜੀ ਮੁਸਲਮਾਨਾਂ ਦੀ ਜ਼ਬਾਨ ਨਹੀਂ ਹੈ, ਠੀਕ ਹੈ, ਹਾਲਾਂਕਿ ਜ਼ਬਾਨਾਂ ਦੇ ਕੋਈ ਧਰਮ ਮਜ਼ਹਬ ਹੀ ਨਹੀਂ ਹੁੰਦੇ, ਜ਼ਬਾਨਾਂ ਹੁੰਦੀਆਂ ਮਿੱਟੀ ਦੀਆਂ ਜ਼ਬਾਨਾਂ, ਖਿੱਤੇ ਦੀਆਂ। ਮੈਂ ਬਿਲਕੁਲ, ਮੈਂ ਤੇ ਗੱਲ ਕਰਦਾ ਹਾਂ ਅਕਸਰ ਨਾ ਵੀ ਉਹ ਆਉਂਦੇ ਆ ਵੀ ਅਸੀਂ ਆਉਂਦੇ ਵੀ ਮੈਂ ਯਾਰ ਆਪਣੇ ਜਿਹੜੇ ਅਸੀਂ ਪੰਜਾਬ 'ਚ ਰਹਿਣ ਵਾਲੇ ਹਾਂ, ਅਸੀਂ ਹੁਣ ਚਲੋ ਗੱਲ ਕਰਦੇ ਹਾਂ ਵੀ ਸਾਨੂੰ ਉਰਦੂ ਬੋਲਣ ਲੱਗ ਪਈ, ਅਸੀਂ ਇੰਗਲਿਸ਼ ਬੋਲਦੇ ਹਾਂ, ਪਹਿਲੀਆਂ ਤਾਂ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਨਹੀਂ ਵੀ ਉਰਦੂ ਕੀ ਹੈ ਅਤੇ ਪੰਜਾਬੀ ਕੀ ਹੈ, ਆਹੇ ਅਰਬੀ ਅਤੇ ਉਹਦੀ ਗੱਲ ਕਰਨ ਕੰਪੈਰੇਟਿਵਲੀ ਆਖਦੇ ਵੀ ਕੀ ਸਾਡੀ ਜ਼ੁਬਾਨ ਦੇ ਵਿੱਚ ਜਿਹੜੀ ਅਸੀਂ ਨਮਾਜ਼ ਪੜ੍ਹਦੇ ਹਾਂ, ਦੁਆ ਮੰਗਦੇ, ਅੱਲਾਹ ਸਾਡੀ ਸੁਣਦਾ ਨਹੀਂ, ਅੱਲਾ ਨੂੰ ਪੰਜਾਬੀ ਜ਼ਬਾਨ ਦਾ ਨਹੀਂ ਪਤਾ, ਦੁਆਬ ਨੂੰ ਨਹੀਂ ਪਤਾ, ਬਿਲਕੁਲ ਬਿਲਕੁਲ, ਅਸੀਂ ਫਿਰ ਐਵੇਂ ਤੁਰੇ ਫਿਰਦੇ ਜੇ ਐਵੇਂ ਤੁਰੇ ਫਿਰਦੇ, ਜੇ ਤੁਸੀਂ ਅੱਲਾ ਦੀ ਗੱਲ ਕਰਦੇ ਹੋ ਜ਼ੁਬਾਨਾਂ ਤੋਂ ਬੁਆਇੰਡ ਗੱਲ ਆ, ਬਿਲਕੁਲ ਬਿਲਕੁਲ, ਨਹੀਂ ਜੇ ਉਹਨੂੰ ਤੁਸੀਂ ਆਪਾਂ ਜੇ ਮਜ਼ਹਬ ਨਾਲ ਜੋੜਦੇ ਆ ਨਾ, ਅੱਜ ਤੋਂ ਸੋਰੀ ਇੰਟਰਪਟ ਕਰ ਰਹੇ ਹਾਂ, ਇਹਨਾਂ ਦੇ ਇੱਕ ਵੀ ਚੜ੍ਹਦੇ ਪੰਜਾਬ 'ਚ ਵੀ ਥੋੜ੍ਹਾ ਬਹੁਤਾ ਵਿਤਕਰਾ ਸ਼ੁਰੂ ਹੋਇਆ ਸੀਗਾ, ਹੈ ਨਾ, ਹੋਇਆ ਸੀ, ਮਤਲਬ ਤੁਹਾਡੇ ਜ਼ਿਆਦਾ ਥੋੜ੍ਹਾ, ਹਾਂਜੀ, ਉੱਧਰ ਵੀ, ਪਰ ਇਹਨਾਂ ਦੀਆਂ ਗੱਲਾਂ ਦਾ ਉੱਧਰ ਅਸਰ ਬਹੁਤ ਹੋ ਰਿਹਾ, ਸੱਚੀ ਗੱਲ ਦੱਸਾਂ, ਉਹ ਸੁਣ ਲੈਂਦੇ ਨੇ ਜੀ ਸਾਡੇ ਵਾਲੇ, ਉਹ ਆਗਾ ਟੋਰ ਛੱਡਦੇ ਨੇ, ਅਵੇਅਰਨੈਸ ਆਈ ਉੱਥੇ ਲੋਕਾਂ 'ਚ ਸੁਣ ਕੇ, ਔਰ ਸਾਨੂੰ ਵੀ, ਅਸੀਂ ਵੀ ਕਿਤੇ ਨਾ ਕਿਤੇ ਅਵੇਸ ਲਏ ਸੀ ਇਸ ਚੀਜ਼ ਨੂੰ ਲੈ ਕੇ, ਮੈਂ ਸੋਚਦਾ ਨਾ ਵੀ ਯਾਰ ਦੋ ਪੰਜਾਬੀ ਬੰਦੇ ਨੇ, ਤੁਸੀਂ ਅਮੈਰੀਕਾ ਪਹੁੰਚ ਗਏ ਹੋ, ਤੁਹਾਨੂੰ ਦੋਨੋਂ ਇੰਗਲਿਸ਼ ਆਉਂਦੀ, ਦੈਟਸ ਗੁੱਡ, ਭਾਸ਼ਾ ਕੋਈ ਆਉਣੀ ਮਾੜੀ ਗੱਲ ਨਹੀਂ, ਪਰ ਜਦੋਂ ਤੁਸੀਂ ਦੋਵੇਂ ਆਪਸ 'ਚ ਮਿਲਦੇ ਹੋ, ਤੁਸੀਂ ਅੰਗਰੇਜ਼ੀ 'ਚ ਗੱਲ ਕਰਦੇ ਹੋ, ਤੇ ਇਹ ਇੱਕ ਬੇਵਕੂਫ ਵਾਲੀ ਗੱਲ ਹੈ, ਤੇ ਜਦੋਂ ਤੁਹਾਡੀਆਂ ਗੱਲਾਂ ਸੁਣੀਆਂ ਤੇ ਕਿਤੇ ਕਿਤੇ ਅਸੀਂ ਗਲਤੀ ਕਰਦੇ, ਅਸੀਂ ਸੁਧਾਰ ਲਈ ਉਹ ਗਲਤੀ, ਹੁਣ ਜਦੋਂ ਪੰਜਾਬੀ ਬੰਦਾ ਪੰਜਾਬੀ ਨੂੰ ਮਿਲੇਗਾ ਤੇ ਅੰਗਰੇਜ਼ੀ ਦੀ ਲੋੜ ਨਹੀਂ, ਕਰਨੀ ਬੋਲਣੀ ਵੀ ਚਾਹੀਦੀ ਹੈ ਜੀ, ਸਾਡੀ ਮਾਦਰੀ ਜ਼ਬਾਨ, ਹਰ ਬੰਦਾ ਹਰ ਕੌਮ ਆਪਣੀ ਜ਼ਬਾਨ ਨੂੰ ਆਪਣੇ ਕਲਚਰ ਨੂੰ ਆਪਣੇ ਪਿਛੋਕੜ ਨੂੰ ਤਰਜੀਹ ਦਿੰਦਾ, ਸਾਡੇ ਲੋਕ ਨਹੀਂ ਦਿੰਦੇ। ਐਡਾ ਤਕੜਾ ਮਾਇੰਡ ਵਾਸ਼ ਹੋਇਆ ਜੀ 175 ਸਾਲ ਦਾ, ਅਸੀਂ 75 ਸਾਲ ਦੀ ਗੱਲ ਕਰਨੇ, ਪਾਕਿਸਤਾਨ ਇੰਡੀਆ ਜਦੋਂ ਵੱਖੋ ਵੱਖ ਹੋਇਆ, ਪੰਜਾਬ ਵੰਡਿਆ, ਵੰਡਿਆ ਤਾਂ ਪੰਜਾਬ ਹੀ ਗਿਆ ਜੀ, ਪੰਜਾਬ ਵੰਡਿਆ ਤਾਂ ਉਦੋਂ ਬਾਅਦ ਆਉਂਦੇ ਜੀ, ਮਤਲਬ ਕਿ ਸਾਰਾ ਕੁਛ ਹੋਇਆ ਜ਼ਬਾਨ ਨੂੰ, ਨਹੀਂ, ਮੈਂ ਕਹਿੰਦਾ ਉਹਨਾਂ ਕਿ 175 ਸਾਲ ਦਾ, 175 ਸਾਲ ਦਾ ਗੰਦ ਸਾਡੇ ਦਿਮਾਗਾਂ ਦੇ ਵਿੱਚ, ਗੋਰਿਆਂ ਨੇ ਸ਼ੁਰੂ ਕਰਤਾ 1849 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਮਰਿਆ ਤਾਂ ਉਹਨੇ ਪੰਜਾਬੀ ਦੇ ਕਾਇਦੇ ਕਿਤਾਬਾਂ ਸਾੜੇ, ਅਤੇ ਪੰਜਾਬੀ ਜ਼ਬਾਨ ਨੂੰ ਪਿੱਛੇ ਸੁੱਟਿਆ, ਹੋਰ ਜ਼ਬਾਨਾਂ ਲਿਆ ਕੇ ਇੱਥੇ ਲਾਗੂ ਕੀਤੀਆਂ ਉਹਨਾਂ ਨੇ, ਠੀਕ ਨਾ, ਜ਼ਬਾਨ ਦੇ ਨਾਂ 'ਤੇ ਵੰਡਿਆ, ਧਰਮ ਦੇ ਨਾਂ 'ਤੇ ਵੰਡਿਆ, ਫਿਰ ਜੁਗਰਾਫੀ ਹੀ ਵੰਡ ਕੀਤੀ, 175 ਸਾਲ ਦਾ ਢਿੱਲੋਂ ਸਾਹਿਬ ਗੰਦ ਹੈ ਤਾਂ ਬੜਾ ਹੀ ਔਖਾ ਜਾਣਾ, ਜਾਏਗਾ ਜ਼ਰੂਰ, ਇਨਸ਼ਾਅੱਲਾ, ਉਮੀਦ ਹੈ, ਨਾ ਉਮੀਦ ਨਹੀਂ, ਉਹਦਾ ਸਾਹਿਬ ਉਹਦਾ ਇਨਫਲੂਐਂਸ ਮੈਨੂੰ ਲੱਗਦਾ ਵੀ ਸਾਡੇ 'ਤੇ ਬਹੁਤਾ ਹੋਇਆ, ਬਹੁਤ ਹੋਇਆ।
ਉਹ ਸਾਡੇ ਨਿਸਾਬ ਦੇ ਵਿੱਚ, ਨਿਸਾਬ ਮਤਲਬ ਵੀ ਸਾਡਾ ਜੋ ਹੈਗਾ ਟੈਕਸਟ ਬੋਰਡ ਆ, ਪੜ੍ਹਾਈ ਹੈ ਜੋ ਸਕੂਲਾਂ ਦੀ ਹੈ, ਉਹਦੇ ਵਿੱਚੋਂ ਹੌਲੀ 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 ਕਰਕੇ ਜਿਵੇਂ ਪੱਤੇ ਚੁਣ ਨਹੀਂ ਦਿੰਦੇ ਵੀ ਪਹਿਲੋਂ ਦਸਵੀਂ ਤੱਕ, ਫਿਰ ਬਾਰ੍ਹਵੀਂ ਤੱਕ, ਫਿਰ ਉਹਨੂੰ ਆਸਤਾ ਆਸਤਾ ਵਿੱਚੋਂ ਪੰਜਾਬੀ ਜ਼ਬਾਨ ਨੂੰ ਖਤਮ ਹੀ ਕਰ ਦਿੱਤਾ। ਮਤਲਬ ਹੁਣ ਇੱਥੋਂ ਤੱਕ ਹੋ ਗਈ ਆ ਕਿ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈ ਜਿਹੜੇ ਪੰਜਾਬੀ ਪੜ੍ਹਾਉਣ ਵਾਲੇ, ਉਸਤਾਦ ਨਹੀਂ ਹੈਗੇ। 12 ਕਰੋੜ ਦੀ ਆਬਾਦੀ ਹੈ ਸਾਡੀ, ਅਤੇ 12 ਕਰੋੜ ਦੀ ਆਬਾਦੀ ਜਿਹੜੀ ਹੈ ਉਹ ਪੰਜਾਬ ਨੇ, ਜਦੋਂ ਆਪਾਂ ਗੱਲ ਕਰਦੇ ਹਾਂ ਉਰਦੂ ਦੀ, ਸਿੰਧੀ ਦੀ, ਪਸ਼ਤੋ ਦੀ, ਪੰਜਾਬੀ ਦੀ, ਇਹ ਵੀ ਉੱਦਣ ਗੱਲ ਕਰਨਾ ਸੀ ਵੀ ਤੁਹਾਡੀ ਕਹਿੰਦੇ ਜੇ ਤੁਸੀਂ ਵੀ ਸਾਡੀ ਤੁਸੀਂ ਮਜ਼ਹਬ 'ਤੇ ਆ ਕੇ ਗੱਲ ਚੁੱਕ ਲੈਂਦੇ ਜੇ ਵੀ ਪੰਜਾਬੀ ਬੋਲਦੇ ਆ ਅਤੇ ਉੱਧਰ ਦੇ ਆ ਸਰਦਾਰ ਦੇ ਆ, ਵੀ ਪੰਜਾਬ ਨੇ ਤਾਂ ਤੁਹਾਨੂੰ ਐਕਸੈਪਟ ਕੀਤਾ ਉਸ ਜ਼ਬਾਨ ਨੂੰ, ਪੰਜਾਬੀ ਜ਼ਬਾਨ ਨੂੰ, ਦੂਜੇ ਕਿਸੇ ਸੂਬੇ 'ਤੇ ਐਕਸੈਪਟ ਹੀ ਨਹੀਂ ਕੀਤਾ। ਪੰਜਾਬ ਨੇ ਆਖਿਆ ਵੀ ਠੀਕ ਹੈ ਉਰਦੂ ਜ਼ਬਾਨ ਹੈ ਸਾਡੀ ਕੌਮੀ ਜ਼ਬਾਨ ਹੈ, ਕੋਈ ਗੱਲ ਨਹੀਂ ਸਾਡੀ ਰਾਬਤਾ ਜ਼ਬਾਨ ਹੈ, ਬਿਲਕੁਲ, ਲੇਕਿਨ ਸਾਡੀ ਮਾਂ ਬੋਲੀ ਜ਼ਬਾਨ ਹੀ ਧਿਆਨ ਹੈ, ਪੰਜਾਬੀ ਵੀ ਧਿਆਨ, ਉਹਨੂੰ ਤਾਂ ਅਸੀਂ ਇੰਨਾ ਪਿੱਛੇ ਨਾ ਸੁੱਟੀਏ। ਜਿੰਨਾ ਜਿੰਨੀ ਕੁਰਬਾਨੀ ਪੰਜਾਬ ਨੇ ਦਿੱਤੀ ਨਾ ਜੀ, ਕੁਰਬਾਨੀਆਂ ਚਲੋ ਉੱਧਰ ਚੜ੍ਹਦੇ ਨੇ ਵੀ ਦਿੱਤੀਆਂ ਨੇ, ਲੇਕਿਨ ਜਿਹੜੀ ਦਿੱਤੀ ਨਾ ਆਪਣੇ ਲਹਿੰਦੇ ਪੰਜਾਬ ਨੇ ਜ਼ਬਾਨ ਦੀ, ਉਹ ਮੇਰਾ ਖਿਆਲ ਹੈ ਵੀ ਕਿਸੇ ਕਿਸੇ ਪਾਸੇ ਵੀ ਨਹੀਂ ਹੋਈ ਹੋਣੀ, ਜ਼ਬਾਨ ਇਹਨਾਂ ਛੱਡੀ, ਵਿਰਸਾ ਇਹਨਾਂ ਛੱਡਿਆ, ਔਰ ਅੱਜ ਵੀ ਸਭ ਤੋਂ ਜ਼ਿਆਦਾ ਤਗੜਾ ਜੱਫਾ ਆਪਾਂ ਪਾਇਆ ਹੋਇਆ ਉਰਦੂ ਨੂੰ। ਹਾਂਜੀ, ਆ ਤੁਸੀਂ ਸਿੰਧ ਦੇ ਚਲੋ ਜਾਂ ਬਲੋਚਿਸਤਾਨ ਚਲੋ, ਉਹਨਾਂ ਨੇ ਸੜਕਾਂ ਸਾਈਨ ਬੋਰਡ ਸਿੰਧੀ ਵਿੱਚ ਨੇ, ਪਸ਼ਤੋ ਵਿੱਚ ਨੇ, ਆਈਡੀ ਕਾਰਡ ਉਹਨਾਂ ਦੇ ਸਿੰਧੀ ਵਿੱਚ, ਅਸੈਂਬਲੀ ਦੀ ਕਾਰਵਾਈ ਉਹਨਾਂ ਦੀ ਸਿੰਧੀ ਦੀ ਸ਼ੁਰੂ ਹੁੰਦੀ ਜੀ, ਸਾਡਾ ਵੜਿਆਜ ਸਾਹਿਬ ਨੂੰ ਅਸੈਂਬਲੀ ਦੇ ਆਪਣੇ ਰਹਿਣੇ, ਮੈਂ ਆਪਣਾ ਕੀ ਕਹਿੰਦੇ ਸਪੀਕਰ ਸਾਹਿਬ ਚੋਰੀ ਪ੍ਰਵੇਦ ਲਈ, ਠੀਕ ਹੈ ਜੱਟ ਹੈ, ਮਾਂ ਬੋਲੀ ਪੰਜਾਬੀ ਹੈ, ਕਦੇ ਨਹੀਂ ਸੁਣਿਆ ਪੰਜਾਬੀ ਦੀ ਗੱਲ ਕਰਦਾ। ਪਾਕਿਸਤਾਨ ਦੀ ਸਿਆਸਤ ਦੇ ਵਿੱਚ ਮੇਰਾ ਖਿਆਲ ਹੈ ਕਿ 70% ਜੱਟ ਬੈਠੇ ਨੇ, ਇਹਨਾਂ ਤੋਂ ਬਗੈਰ ਮੁਲਕ ਨਹੀਂ, ਹਕੂਮਤਾਂ ਨਹੀਂ ਚੱਲਦੀਆਂ, ਕਦੀ ਕਿਸੇ ਮਾਂ ਦੇ ਪੁੱਤਰ ਨੇ ਗੱਲ ਹੀ ਨਹੀਂ। ਅਗਲੇ ਦਿਨ ਨਾ ਉਹਦਾ ਮੁੰਡਾ ਸਾਡੇ ਸਾਬਕਾ CM ਦਾ, ਉਹਨੇ ਨਾ ਟਵਿੱਟਰ 'ਤੇ ਇੱਕ ਪੋਸਟ ਲਾਈ ਸੀ ਕਿ ਜਿਹੜੇ ਸਾਈਨ ਬੋਰਡ ਲੱਗਦੇ ਨੇ ਨਾ, ਇਹਨਾਂ ਨੂੰ ਸਾਡੀ ਮਾਦਰੀ ਜ਼ਬਾਨ ਆ, ਸੋਰੀ ਮਾਦਰੀ ਕਹਿਣ ਡਿਆ, ਵੀ ਸਾਡੀ ਕੌਮੀ ਜ਼ਬਾਨ ਹੈ ਉਰਦੂ, ਇਹ ਸਾਈਨ ਬੋਰਡ ਜਿਹੜੇ ਪੈਪਸੀ ਦੇ ਜਾਂ ਹੋਰ ਐਡਵਰਟਾਈਜ਼ਮੈਂਟ ਦੇ ਜਿੰਨੇ ਵੀ ਨੇ ਨਾ, ਇਹਨਾਂ ਨੂੰ ਤੁਸੀਂ ਉਰਦੂ 'ਚ ਲਿਖੋ। ਮੈਂ ਉਹਦੇ ਥੱਲੇ ਕਮੈਂਟ ਕੀਤਾ ਸੀ, ਉੱਥੇ ਵਾਹਵਾ ਬਹਿਸ ਚੜੀ, ਮੈਂ ਕਿਹਾ ਵੀ ਮੋਨਸ ਲਾਈ ਸਾਹਿਬ ਤੁਹਾਡੇ ਫਾਦਰ ਸਾਹਿਬ ਬਿਲੋਂਗ ਕਰਦੇ ਆ ਪੰਜਾਬ ਤੋਂ, UPCP ਤੋਂ ਨਹੀਂ ਆਏ, ਤੇ ਪਹਿਲਾਂ ਪੰਜਾਬੀ ਦੀ ਵੀ ਗੱਲ ਕਰ ਲਓ, ਪੰਜਾਬੀ ਦੀ ਵੀ ਗੱਲ ਕਰ ਲਓ। ਨਹੀਂ ਸਾਡੇ ਹੋਇਆ ਸੀ ਅਸੀਂ ਸਾਨੂੰ ਇਖਤਲਾਫ ਨੀ ਆਇਆ ਹਜ਼ਰਾ ਸਾਹਿਬ, ਬਿਲਕੁਲ ਉਰਦੂ ਜ਼ਬਾਨ ਹੈ, ਹੋਰ ਨਾ ਤੁਸੀਂ ਪੰਜਾਬ ਦੀ ਅਸੈਂਬਲੀ ਚ ਬਹਿੰਦੇ ਤੇ ਉੱਥੇ ਪੰਜਾਬ ਅਸੈਂਬਲੀ ਲਿਖਿਆ ਬਾਹਰ, ਉਹਦਾ ਮਤਲਬ ਕੀ ਆ, ਇਹ ਪੰਜਾਬ ਹੈ ਪੰਜਾਬੀ, ਤੁਸੀਂ ਇੰਦਰ ਅਸੈਂਬਲੀ ਚ ਬਹਿ ਕੇ ਬੋਲਦੇ ਉਰਦੂ ਚ, ਕਾਰਵਾਈ ਉਰਦੂ ਆ, ਸਾਰਾ ਕੁਛ ਉਰਦੂ ਆ, ਪੰਜਾਬੀਆਂ ਦੇ ਤੁਸੀਂ ਹੈ ਨਹੀਂ ਉਹ ਸਕੂਲਾਂ 'ਚ ਵੀ ਹੈ ਨਹੀਂ। ਅੱਛਾ ਇੱਕ ਹੋਰ ਬੜੀ ਗੱਲ ਹੈ ਵੀ ਆਪਾਂ ਪੰਜਾਬੀ ਦੀ ਗੱਲ ਕਰਦੇ ਪਏ ਨਾ, ਆਪਾਂ ਕਿਤੇ ਵੀ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰੀਏ ਨਾ ਪੰਜਾਬੀ ਦੀ, ਉਹਨਾਂ ਦੇ ਜਾ ਯਾਰ ਤੂੰ ਤਾਂ ਲਸਾਨੀਅਤ ਮਤਲਬ ਕਿ ਤੂੰ ਜ਼ਬਾਨਾਂ ਦੇ ਨਾਂ 'ਤੇ ਵੰਡਦਾ, ਠੀਕ ਆ ਤੂੰ ਉਰਦੂ, ਤੂੰ ਉਰਦੂ ਤੋਂ ਨਫ਼ਰਤ ਕਰਦਾ, ਅਸੀਂ ਉਰਦੂ ਤੋਂ ਨਫ਼ਰਤ ਨਹੀਂ ਕਰਦੇ, ਸਾਡੀ ਸਟੇਟ ਦੀ ਜ਼ਬਾਨ ਹੈ, ਸਾਡਾ ਰਾਬਤਾ ਕਰਾਉਂਦੀ ਦੂਜੇ ਲੋਕਾਂ ਨਾਲ, ਠੀਕ ਹੈ, ਲੇਕਿਨ ਉਹਦੇ ਨਾਲ ਨਾਲ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਸਾਡੀ ਸਾਨੂੰ ਮਾਂ ਦੀ ਕੁੱਖੋਂ ਮਿਲਦਾ, ਠੀਕ ਹੈ ਨਾ। ਚਲੋ ਅਸੀਂ ਸੁੱਤੇ ਰਹੇ, ਸਾਡਾ ਮਾਇੰਡ ਵਾਸ਼ ਨਹੀਂ ਨਹੀਂ ਪਤਾ ਲੱਗਾ, ਸਾਡੇ ਵੜਕਿਆਂ ਨੂੰ ਨਹੀਂ ਸੀ ਪਤਾ ਵਿਚਾਰੇ ਧੱਕੇ ਖਾਂਦੇ ਇੱਥੇ ਪਹੁੰਚੇ, ਕੁੱਟਾਂ ਮਾਰਾਂ ਸਹੀਆਂ ਉਹਨਾਂ ਆ ਕੇ ਇੱਥੇ ਦੋ ਦੋ ਕਨਾਲਾ ਕਨਾਲਾ ਕਨਾਲ ਪੁਆਇੰਟ ਲੱਭੀ ਬਹਿ ਗਿਆ ਆ ਕੇ, ਉਹਨਾਂ ਨੂੰ ਨਹੀਂ ਸੀ ਪਤਾ ਕਿਵੇਂ ਕਰਨਾ ਕਿਵੇਂ ਬੋਲਣਾ, ਠੀਕ ਹੈ। ਹੁਣ ਅਸੀਂ ਹੁਣ ਮੰਗਦੇ ਹਾਂ, ਸਾਨੂੰ ਸਾਡੇ ਬੰਦੇ ਕਹਿੰਦੇ ਤੁਸੀਂ ਦੇਖਦੇ ਹੋ ਸਾਡੇ ਵਾਕਿਆ ਦੀ ਗੱਲ ਸਹੀ ਮਜ਼ਬ ਨਾਲ ਜੋੜਨਾ ਤਾਂ ਇਹੀ ਗਲਤ, ਹੁਣ ਜਿਹੜੇ ਕਾਬਲੀ ਸਿੱਖ ਜਿਹੜੇ ਅਫਗਾਨਿਸਤਾਨ ਜਰਾਏ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਆਉਂਦੀ ਪਰ ਫੋਲੋ ਰਿਲੀਜਨ ਨੂੰ ਕਰਦੇ ਆ, ਹੁਣ ਵੀ ਨਨਕਾਣਾ ਸਾਹਿਬ ਬੈਠੇ ਬੋਲਦੇ ਪਸ਼ਤੋ, ਬੋਲਦੇ ਪਸ਼ਤੋ, ਬੋਲਦੇ ਪਸ਼ਤੋ, ਉਹਨਾਂ ਨੂੰ ਆਉਂਦੀ ਪਸ਼ਤੋ, ਉਹੀ ਗੱਲ ਹੈ ਨਾ ਜੀ, ਧਰਮ ਦੇ ਨਾਲ ਜ਼ਬਾਨ ਨੂੰ ਉਹ ਬਾਰ ਬਾਰ ਗੱਲ ਖੂਹ ਦੀ ਇੱਟ ਜਿਹੜੀ ਚੁਬਾਰੇ ਦੀ ਇੱਟ ਖੂਹ ਨਹੀਂ ਲਾਉਂਦੀ।